ਖਤਰਨਾਕ ਸਾਹਿਬ ਤੇ ਮਿਲਾਂ ਤੁਸੀਂ ਅੱਗੇ ਜਾਈਏ, ਪਹਿਲੇ ਕੁਲਫੀ ਵਾਲਾ ਆਇਆ ਤਾਂ ਕੁਲਫੀ ਖਾਈ ਲੈਂਦੇ ਹਾਂ। ਆਪਣੇ ਰਾਜਾ ਉਹਨ ਮਾਰੇ ਰਾਜੇ ਵੀਹ ਵਾਲੀ ਪਿਆਜ ਨੀ ਲਾਇਓਗੇ, ਉੱਥੇ ਵੀ ਦੇਖ ਲਾ ਪੂਰਾ ਮਸੰਗ ਟਾਇਪ ਨੀ ਹੁੰਦਾ ਹੈਗਾ ਮਸਾਣੀਆਂ, ਰਾਜਾ ਵਰਗੇ ਹੱਸਾ ਦੇਣੀ ਕਿ ਲਓ ਰਾਜੇ ਲਓ। ਵੀ ਉਹਦੇ ਬਾਅਦ ਪੁੱਜੀ ਆ ਸਿੱਧੇ ਸਿਆੜ ਬਾਬਾ, ਸਿਆੜ ਬਾਬਾ ਚੱਕਰ ਨਹੀਂ ਲਾਇਆ ਸੀ ਕਿਉਂਕਿ ਲੇਟ ਹੋ ਆਦੇ ਚਾਰ ਇੱਥੇ ਕਾ ਬੱਜੀ ਦੇ ਚੋਣੇ ਬਖੀ ਪਹਾੜੀਆਂ ਪੂੜੀਆਂ ਦੇਖੀਏ, ਰੂਹ ਬੜਾ ਖੁਸ਼ ਹੋਇਆ ਸਾ, ਮਨ ਕਰਦਾ ਇੱਥੇ ਨਹੀਂ ਲੱਚੇ ਪਹਿਲੇ ਦਰਿਆ ਦੀ ਡੁਬਕੀ ਲੱਚੇ ਵੀ ਦੇਖਿਆ ਮਹਾਰਾਜ। ਅਸੀਂ ਸਲਾਲ ਪਾਵਰ ਸਟੇਸ਼ਨ ਬਿਜਲੀ ਉਤਪੰਨ ਹੁੰਦੀ ਇੱਥੋਂ ਮਹਾਰਾਜ, ਬੜਾ ਸ਼ੈਲ ਹਾ। ਉਹਦੇ ਬਾਅਦ ਮਹਾਰਾਜ ਪੁੱਜੀ ਆਸ ਆਪਣੇ ਠਿਕਾਣੇ ਸਿਰ, ਠਿਕਾਣੇ ਸਿਰ ਪੁੱਜੀ ਆ ਸੀ, ਬੜੀ ਮੌਜ ਮਸਤੀ ਕਰਨ ਦੀ ਕੋਸ਼ਿਸ਼ ਕਰਾ ਦੇ ਕਿਉਂਕਿ ਬੜਾ ਸ਼ੁੱਧ ਵਾਤਾਵਰਨ ਹਾ। ਔਰ ਸੰਜੇ ਭਾਈ ਹੋਰ ਵੀ ਗਏ ਦੇ, ਕਾਲੀ ਭਾਈ ਹੋਰ ਵੀ ਗਏ ਦੇ, ਅਤੇ ਰਾਜਾ ਹੋਰ ਵੀ ਗਏ ਦੇ, ਕੰਡੇ ਆਪਣੇ ਨੰਨੂ ਭਾਈ ਹੋਰ ਵੀ ਆਏ, ਅਤੇ ਵੀ ਅਸੀਂ ਸੋਚਿਆ ਇੰਨੇ ਘੋੜਾ ਘਾੜਾ ਲੈਂਦੇ ਹਾਂ, ਰਾਈਡ ਰੂਈਡ ਕਰਨੇ ਥੋੜ੍ਹੀ, ਅਤੇ ਉਹ ਨਹੀਂ ਹੋ ਪਾਇਆ ਵੀ ਸੈਲਫੀ ਸੁਲਫੀਆਂ ਲਈਆਂ, ਅਸੀਂ ਉੱਥੇ ਬੈਠੇ ਬੂਠੇ ਕੋਲਡ ਡਰਿੰਕ ਪੀਤੀ, ਬੜਾ ਕੁ ਮਜ਼ਾ ਆਇਆ ਦੋਸਤੋ, ਬੜਾ ਕੁ ਇੰਨੀ ਖੂਬਸੂਰਤ ਜਗ੍ਹਾ ਹੈ ਸਾਡਾ, ਇੰਨਾ ਪਹਿਲੀ ਵਾਰ ਗਏ ਹਾਂ ਅਸ, ਸਾਡੇ ਘਰ ਕੰਨੇ ਗਿਆ 20-25 ਕਿਲੋਮੀਟਰ ਹੈ ਇੱਥੋਂ। ਦੋਸਤੋ ਸਾਡਾ ਇੱਕ ਯੂਟਿਊਬ ਚੈਨਲ ਵੀ ਹੈ ਜਿਹਦਾ ਨਾਂ ਹੈ ਟੈਕਸੀ ਵਾਲਾ ਵਲਾਗਰ, ਇਸ ਚੈਨਲ ਉੱਪਰ ਅਸੀਂ ਅਰਨਿੰਗ ਆਉਣਾ ਸ਼ੁਰੂ ਹੋਈ ਦੀ ਦੋਸਤੋ, ਔਰ ਸਾਡਾ ਇੰਸਟਾਗ੍ਰਾਮ ਉੱਪਰ ਵੀਡੀਓ ਬਣਨ ਦਾ ਇਹ ਮਕਸਦ ਹੈ ਕਿ ਤੁਸੀਂ ਥੋੜ੍ਹਾ ਚੈਨਲ ਦੇ ਬਾਰੇ ਪਤਾ ਲੱਗ ਗਿਆ, ਤੁਸੀਂ ਜਾਈਏ ਸਬਸਕ੍ਰਾਈਬ ਕਰੋ ਦੋਸਤੋ, ਅਤੇ ਇਹਦਾ ਲਿੰਕ ਅਸੀਂ ਇੰਸਟਾਗ੍ਰਾਮ ਦੀ ਬਾਇਓ ਵਿੱਚ ਵੀ ਪਾਇਆ, ਜਾਈਏ ਤੁਸੀਂ ਸਬਸਕ੍ਰਾਈਬ ਕਰ ਸਕਦੇ, ਔਰ ਜੈ ਮਾਤਾ ਦੀ, ਮਿਲਦੇ ਹਾਂ ਤੁਸੀਂ ਅਗਲੀ ਵੀਡੀਓ ਵਿੱਚ।